ਅਮਨਿੰਦਰ ਸਿੰਘ ਮਾਨ ਵੱਲੋਂ ਤੁਹਾਡਾ ਸਵਾਗਤ ਹੈ ਦੋਸਤੋ। ਮੇਰੀਆਂ ਪਿਛਲੀਆਂ ਸਾਰੀਆਂ ਇਹ ਲਿਖਤਾਂ ਨੂੰ ਪਸੰਦ ਕਰਨ ਲਈ, ਪਿਆਰ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਆਪਣੀ ਨਵੀਂ ਲਿਖਤ ਦੇ ਨਾਲ ਤੁਹਾਡੇ ਰੂਬਰੂ ਹੋ ਰਿਹਾ, ਜਿਸ ਦਾ ਸਿਰਲੇਖ ਹੈ ਮੇਰਾ ਭਾਰਤ ਮਹਾਨ। ਮੇਰੀ ਇਸ ਲਿਖਤ ਦਾ ਪਾਤਰ ਹੈ ਕੁਲਵੰਤ ਸਿੰਘ ਅਤੇ ਇਸ ਲਿਖਤ ਦੀ ਸਾਰੀ ਕਹਾਣੀ ਕੁਲਵੰਤ ਸਿੰਘ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਕੁਲਵੰਤ ਸਿੰਘ ਦਾ ਦੋਸਤ ਹੈ ਜਰਨੈਲ ਸਿੰਘ ਅਤੇ ਦੋਵੇਂ ਇੱਕ ਜਗ੍ਹਾ 'ਤੇ ਹੀ ਨੌਕਰੀ ਕਰਦੇ ਹਨ। ਜਰਨੈਲ ਸਿੰਘ ਦਾ ਵੱਡਾ ਮੁੰਡਾ ਪਲੱਸ ਟੂ ਪਾਸ ਕਰਨ ਤੋਂ ਬਾਅਦ ਆਪਣੀ ਅਗਲੇਰੀ ਪੜ੍ਹਾਈ ਦੇ ਲਈ ਕਨੇਡਾ ਪਿਛਲੇ ਮਹੀਨੇ ਪਹੁੰਚ ਚੁੱਕਿਆ ਸੀ। ਅੱਜ ਦੁਪਹਿਰ ਦੇ ਖਾਣੇ 'ਤੇ ਜਰਨੈਲ ਸਿੰਘ ਸਭ ਨੂੰ ਦੱਸ ਰਿਹਾ ਸੀ ਕਿ ਕੈਨੇਡਾ ਵਰਗੇ ਮੁਲਕਾਂ ਵਿੱਚ ਇਨਸਾਨਾਂ ਦੀ ਕਿੰਨੀ ਵੈਲਿਊ ਹੈ। ਹਰ ਨਿਯਮ ਹਰ ਇੱਕ ਲਈ ਸਮਾਨ ਤੌਰ 'ਤੇ ਕੰਮ ਕਰਦਾ ਹੈ। ਉਸਦੇ ਮੁੰਡੇ ਦੇ ਦੱਸਣ ਮੁਤਾਬਕ ਭ੍ਰਿਸ਼ਟਾਚਾਰ ਤਾਂ ਨਾਂ ਦੇ ਬਰਾਬਰ ਹੈ ਅਤੇ ਭ੍ਰਿਸ਼ਟਾਚਾਰੀਆਂ ਨੂੰ ਸਖ਼ਤ ਸਜ਼ਾ ਵੀ ਦਿੱਤੀ ਜਾਂਦੀ ਹੈ। ਬੇਰੁਜ਼ਗਾਰਾਂ ਨੂੰ ਪੈਨਸ਼ਨ ਮਿਲਦੀ ਹੈ, ਬਜ਼ੁਰਗਾਂ ਨੂੰ ਪੈਨਸ਼ਨ ਦੇ ਨਾਲ ਨਾਲ ਫ੍ਰੀ ਮੈਡੀਕਲ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ, ਬੱਚਿਆਂ ਨੂੰ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ। ਡੇਲੀ ਰੂਟੀਨ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਸਾਰੀ ਹੀ ਜ਼ਰੂਰੀ ਵਸਤਾਂ 'ਤੇ ਸਰਕਾਰ ਦਾ ਕੰਟਰੋਲ ਹੈ ਤਾਂ ਜੋ ਉੱਥੇ ਦੇ ਰਹਿਣ ਵਾਲਿਆਂ ਦੀ ਲੁੱਟ ਖਸੁੱਟ ਨਾ ਹੋ ਸਕੇ। ਅਜਿਹੀਆਂ ਸੁਵਿਧਾਵਾਂ ਕਰਕੇ ਹੀ ਤਾਂ ਜਹਾਜ਼ਾਂ ਦੇ ਜਹਾਜ਼ ਭਰ ਕੇ ਹਰ ਰੋਜ਼ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਪਹੁੰਚ ਰਹੇ ਹਨ। ਖਾਣਾ ਖਤਮ ਕਰਕੇ ਸਭ ਆਪੋ ਆਪਣੇ ਕੰਮਾਂ ਵਿੱਚ ਲੱਗ ਗਏ। ਇੰਨੇ ਵਿੱਚ ਕੁਲਵੰਤ ਦੇ ਫੋਨ 'ਤੇ ਘੰਟੀ ਵੱਜਦੀ ਹੈ। ਇਹ ਫੋਨ ਉਸਦੀ ਘਰਵਾਲੀ ਦਾ ਸੀ। ਫੋਨ ਚੁੱਕਣ 'ਤੇ ਕੁਲਵੰਤ ਦੀ ਘਰਵਾਲੀ ਆਖਦੀ ਹੈ ਕਿ ਘਰ ਵਿੱਚ ਸਾਰੀ ਸਬਜ਼ੀ ਖਤਮ ਹੋ ਚੁੱਕੀ ਹੈ, ਰਾਤ ਦੀ ਰੋਟੀ ਤਾਂ ਮਿਲੇਗੀ ਜੇ ਵਾਪਸ ਘਰ ਆਉਂਦੇ ਹੋਏ ਸਬਜ਼ੀ ਲੈ ਕੇ ਆਓਗੇ। ਆਲੂ, ਪਿਆਜ਼, ਟਮਾਟਰ, ਇੱਕ ਦੋ ਸਬਜ਼ੀਆਂ, ਇਹੀ ਤਾਂ ਇੱਕ ਆਮ ਇਨਸਾਨ ਦੀ ਰੋਜ਼ ਦੀ ਜ਼ਰੂਰਤ ਹੈ। ਸ਼ਾਮ ਨੂੰ ਦਫ਼ਤਰ ਤੋਂ ਛੁੱਟੀ ਤੋਂ ਬਾਅਦ ਕੁਲਵੰਤ ਸਿੱਧਾ ਸਬਜ਼ੀ ਮੰਡੀ ਪਹੁੰਚ ਗਿਆ। ਸਬਜ਼ੀਆਂ ਦੇ ਭਾਅ ਸੁਣ ਕੇ ਉਸਦੇ ਪਸੀਨੇ ਛੁੱਟ ਗਏ। ਆਲੂ, ਪਿਆਜ਼, ਸਬਜ਼ੀਆਂ ਆਦਿ ਦਾ ਰੇਟ ਪਿਛਲੇ ਦਿਨਾਂ ਤੋਂ ਦੁੱਗਣਾ ਹੋ ਚੁੱਕਾ ਸੀ। ਟਮਾਟਰ, ਜਿਹੜੇ ਕਿ ਹਰ ਸਬਜ਼ੀ ਵਿੱਚ ਪੈਂਦੇ ਹਨ, 80 ਤੋਂ 100 ਰੁਪਏ ਕਿਲੋ ਵਿਕ ਰਹੇ ਸਨ। ਸਬਜ਼ੀ ਵੇਚਣ ਵਾਲਿਆਂ ਤੋਂ ਪਤਾ ਕਰਨ 'ਤੇ ਪਤਾ ਚੱਲਦਾ ਹੈ ਕਿ ਮਹਾਰਾਸ਼ਟਰ ਵਿੱਚ ਵੱਧ ਮੀਂਹ ਪੈਣ ਨਾਲ ਸਬਜ਼ੀ ਦੁੱਗਣੇ ਭਾਅ ਵਿਕ ਰਹੀ ਹੈ। ਕੁਲਵੰਤ ਸਿੰਘ ਨੂੰ ਇਸ ਲੁੱਟ ਖਸੁੱਟ ਦੀ ਸਮਝ ਨਹੀਂ ਸੀ ਆ ਰਹੀ ਕਿ ਮੀਂਹ ਮਹਾਰਾਸ਼ਟਰ ਵਿੱਚ ਪਿਆ ਹੈ ਅਤੇ ਉਹਨਾਂ ਨੂੰ ਲੁੱਟਿਆ ਲੁਧਿਆਣਾ ਵਿੱਚ ਜਾ ਰਿਹਾ ਹੈ, ਜਿਸ ਦਾ ਉਸ ਸਟੇਟ ਅਤੇ ਮੀਂਹ ਨਾਲ ਕੋਈ ਲੈਣਾ ਦੇਣਾ ਨਹੀਂ। ਸਰਕਾਰਾਂ ਦੀ ਮਿਲੀ ਭੁਗਤ ਤੋਂ ਬਿਨਾਂ ਕੀ ਇਹ ਸੰਭਵ ਹੈ? ਬਿਲਕੁਲ ਵੀ ਨਹੀਂ। ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਇਸ ਗਾਣੇ ਦੇ ਮਾਇਨੇ ਅੱਜ ਦੇ ਹਾਲਾਤਾਂ ਦਾ ਮੁਕਾਬਲਾ ਕਰ ਰਹੇ ਆਮ ਇਨਸਾਨ ਨੂੰ ਪੁੱਛ ਕੇ ਦੇਖੋ, ਜਿਸ ਨੂੰ 2 ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਧਰਮ, ਆਸਥਾ, ਮਰਿਆਦਾ ਦੇ ਨਾਮ 'ਤੇ ਮਰ ਮਿਟਣ ਵਾਲੇ ਲੋਕ ਆਮ ਲੋਕਾਂ 'ਤੇ ਹੋ ਰਹੇ ਸ਼ੋਸ਼ਣ ਦੇ ਖਿਲਾਫ਼ ਕਿਉਂ ਆਵਾਜ਼ ਨਹੀਂ ਚੁੱਕਦੇ? ਜੇ ਲੋਕ ਇਕੱਠੇ ਹੋ ਜਾਣ ਤਾਂ ਇਹਨਾਂ ਭ੍ਰਿਸ਼ਟਾਚਾਰੀਆਂ ਦਾ ਖਾਤਮਾ ਕੁਝ ਇੱਕ ਦਿਨਾਂ ਵਿੱਚ ਹੀ ਹੋ ਸਕਦਾ ਹੈ। ਪਰ ਇਹ ਜਾਨਵਰਾਂ 'ਤੇ ਹੁੰਦੇ ਅੱਤਿਆਚਾਰ ਨੂੰ ਦੇਖ ਕੇ ਤਾਂ ਦੁਖੀ ਹੋ ਸਕਦੇ ਹਨ, ਪਰ ਆਮ ਬੰਦੇ 'ਤੇ ਪੈਰ ਪੈਰ 'ਤੇ ਹੋ ਰਹੇ ਜ਼ੁਲਮ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ। ਸੋਚਾਂ ਖਿਆਲਾਂ ਵਿੱਚੋਂ ਨਿਕਲ ਕੁਲਵੰਤ ਗੁਜ਼ਾਰੇ ਜੋਗੀ ਸਬਜ਼ੀ ਖਰੀਦ ਘਰ ਵੱਲ ਨੂੰ ਤੁਰ ਪਿਆ ਅਤੇ ਸੋਚ ਰਿਹਾ ਸੀ ਕਿ ਕੱਲ੍ਹ ਅੱਧੇ ਦਿਨ ਦੀ ਛੁੱਟੀ ਲੈ ਕੇ ਕਿਸੇ ਏਜੰਟ ਨੂੰ ਮਿਲਦਾ ਹਾਂ ਤਾਂ ਜੋ ਕਿਸੇ ਬਾਹਰਲੇ ਦੇਸ਼ ਦੀ PR ਲਈ ਅਪਲਾਈ ਕੀਤਾ ਜਾ ਸਕੇ, ਆਪਣੇ ਅਤੇ ਆਪਣੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ। ਦੋਸਤੋ, ਸਾਡੇ ਦੇਸ਼ ਦੀ ਇਹ ਤਰਾਸਦੀ ਹੈ ਕਿ ਕਿਹਾ ਤਾਂ ਇਸ ਨੂੰ ਸੋਨੇ ਦੀ ਚਿੜੀ ਜਾਂਦਾ ਹੈ, ਬਟ ਇੱਥੇ ਆਮ ਮੱਧ ਵਰਗੀ ਇਨਸਾਨਾਂ ਦੀ ਕੋਈ ਵੀ ਬੁੱਕਤ ਨਹੀਂ ਹੈ। ਤੁਹਾਨੂੰ ਮੇਰੀ ਇਹ ਰਚਨਾ ਜੇ ਪਸੰਦ ਆਵੇ ਤਾਂ ਇਹਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ। ਸਾਡਾ ਫੇਸਬੁੱਕ ਪੇਜ ਹੈ ASM ਨਿਊਜ਼ 13-13, ਉਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਸਾਡਾ ਯੂਟਿਊਬ ਚੈਨਲ ਵੀ ਹੈ ASM ਨਿਊਜ਼ 13-13, ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੁਹਾਡਾ ਸਾਰਿਆਂ ਦਾ ਧੰਨਵਾਦ।